ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਡ ਇਨ ਪੰਜਾਬ ਦੇ ਵਿੱਚ। ਤਾਂ ਮੈਂ ਤੁਹਾਡਾ ਹੋਸਟ ਬੋਬੀ ਅਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸੋ ਦੋਸਤੋ ਜੇ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬੈਲ ਆਈਕਨ ਜ਼ਰੂਰ ਨੱਪ ਦਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ। ਸੋ ਦੋਸਤੋ ਇਹਨਾਂ ਦਿਨੀ ਗਿਆਨਵਾਪੀ ਮਸਜਿਦ ਹੈ, ਉਹਨਾਂ ਦਾ ਜਿਹੜਾ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਮੁੱਦਾ ਕਿਸ ਗੱਲ ਤੋਂ ਭਖਿਆ ਹੋਇਆ ਹੈ? ਇੱਕ ਸ਼ਿਵਲਿੰਗ ਤੋਂ, ਠੀਕ ਹੈ। ਜੋ ਹਿੰਦੂ ਭਾਈਚਾਰਾ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਮਸਜਿਦ ਵਿੱਚ ਸਾਡਾ ਸ਼ਿਵਲਿੰਗ ਹੈ, ਠੀਕ ਹੈ ਜੀ। ਸੋ ਥੋੜ੍ਹਾ ਜਿਹਾ ਚਾਨਣਾ ਪਾ ਦਈਏ ਕਿ ਇੱਕ ਜੋ ਜਿਹੜੀ ਆ ਗਿਆਨਵਾਪੀ ਜਿਹੜੀ ਹੈ ਮਸਜਿਦ ਹੈ, ਇਸ ਦਾ ਇਤਿਹਾਸ ਦਾ ਥੋੜ੍ਹਾ ਗਿਆਨ ਪਾ ਦਈਏ ਕਿ ਜਿੱਥੋਂ ਤੱਕ ਅਸੀਂ ਰਿਸਰਚ ਕੀਤੀ ਹੈ ਕਿ ਇਸ ਮਸਜਿਦ ਨੂੰ ਔਰੰਗਜ਼ੇਬ ਵੱਲੋਂ ਬਣਾਇਆ ਗਿਆ ਸੀ 1669 ਦੇ ਵਿੱਚ, ਠੀਕ ਹੈ ਜੀ। ਸੋ ਜਿਹੜੇ ਪੁਰਾਣੇ ਹਿੰਦੂ ਆ ਉਹਨਾਂ ਦਾ ਮੰਨਣਾ ਇਹ ਹੈ ਕਿ ਇੱਥੇ ਪਹਿਲਾਂ ਵਿਸ਼ਵਨਾਥ ਮੰਦਰ ਹੁੰਦਾ ਸੀ, ਜੋ ਕਿ ਸ਼ਿਵਜੀ ਮਹਾਰਾਜ ਦਾ ਮੰਦਰ ਸੀ, ਅਤੇ ਉਸ ਮੰਦਰ ਨੂੰ ਢਾਹ ਕੇ ਉਹਨਾਂ ਨੇ ਇੱਥੇ ਮਸਜਿਦ ਬਣਵਾਤੀ, ਠੀਕ ਹੈ। ਸੋ ਹੁਣ ਕੁਛ ਦਿਨ ਪਹਿਲਾਂ ਜਦੋਂ ਮਸਜਿਦ ਦੇ ਵਿੱਚ ਜਦੋਂ ਸਫਾਈ ਦਾ ਕੰਮ ਚੱਲ ਰਿਹਾ ਸੀ ਅਤੇ ਉਹਨਾਂ ਨੂੰ ਇੱਕ ਸ਼ਿਵਲਿੰਗ ਮਿਲਿਆ। ਜੋ ਹਿੰਦੂ ਜਿਹੜੇ ਭਾਈਚਾਰਾ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਸ਼ਿਵਲਿੰਗ ਹੈ, ਪਰ ਜਿਹੜੇ ਮੁਸਲਿਮ ਭਾਈਚਾਰਾ ਕਹਿ ਰਹੇ ਇਹ ਇੱਕ ਫੁਹਾਰਾ ਆ, ਠੀਕ ਹੈ ਜੀ। ਪਰ ਜਦੋਂ ਵੀ ਉਹਨਾਂ ਨੇ ਵਿਗਿਆਨਿਕਾਂ ਨੇ ਆ ਕੇ ਉੱਥੇ ਚੈੱਕ ਕੀਤਾ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਫੁਹਾਰਾ ਨਹੀਂ ਆ, ਇਹਦੇ ਵਿੱਚ ਕੁਛ ਵੀ ਮਤਲਬ ਕੋਈ ਇੱਦਾਂ ਦੀ ਪਾਈਪ ਨਹੀਂ ਲੱਗੀ ਹੋਈ ਜਾਂ ਕੁਛ ਵੀ ਇੱਦਾਂ ਦਾ ਕੋਈ ਕਨੈਕਸ਼ਨ ਨਹੀਂ ਕਿ ਇਹਨੂੰ ਕਿਹਾ ਜਾ ਸਕੇ ਕਿ ਇੱਕ ਫੁਹਾਰਾ ਹੈ, ਠੀਕ ਹੈ ਜੀ। ਹੁਣ ਕੌਣ ਸੱਚ ਆ ਕੌਣ ਝੂਠ ਆ, ਇਸ ਚੀਜ਼ ਦਾ ਜਿਹੜਾ ਫੈਸਲਾ ਹੁਣ ਕੋਰਟ ਕਰੇਗੀ, ਕਿਉਂਕਿ ਇਸ ਚੀਜ਼ ਦਾ ਜਿਹੜਾ ਮਤਲਬ ਕੇਸ ਆ ਉਹ ਮਤਲਬ ਕੋਰਟ ਦੇ ਵਿੱਚ ਲੱਗਾ ਹੋਇਆ, ਠੀਕ ਹੈ ਜੀ। ਸੋ ਹੁਣ ਇਹ ਦੇਖਦੇ ਹਾਂ ਕਿ ਇਹ ਹੁਣ ਜਿਹੜਾ ਮਤਲਬ ਮਸਜਿਦ ਇਹ ਮਤਲਬ ਮੁਸਲਿਮ ਭਾਈਚਾਰੇ ਕੋਲ ਜਾਂਦੀ ਹੈ ਕਿ ਇਹ ਜਿਹੜੀ ਇਹਨਾਂ ਦੀ ਸਾਂਭ ਸੰਭਾਲ ਆ ਹਿੰਦੂ ਭਾਈਚਾਰੇ ਕੋਲ ਹੁੰਦੀ ਹੈ, ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੇ ਜੋ ਸ਼ਿਵਲਿੰਗ ਆ ਉੱਥੇ ਉਹਨਾਂ ਦੀ ਬੇਦਬੀ ਹੋ ਰਹੀ ਹੈ ਨਾ। ਸੋ ਇਹ ਹੁਣ ਮਤਲਬ ਸਾਡੀ ਰਾਏ ਆ, ਮਤਲਬ ਸਾਡੀ ਰਾਏ ਆ ਕਿ ਸਾਡਾ ਮਕਸਦ ਕਿਸੇ ਵੀ ਮਤਲਬ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਆ, ਕਿ ਅਸੀਂ ਮਤਲਬ ਕਿਸੇ ਦੀ ਸਪੋਰਟ ਕਰੀਏ ਕਿ ਅਸੀਂ ਹਿੰਦੂ ਹਾਂ ਜਾਂ ਮੁਸਲਮਾਨ ਵੱਲਾਂ ਜਾਂ ਉਹਨਾਂ ਵੱਲਾਂ। ਸੋ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਕਿ ਇਹ ਜੋ ਧਰਮ ਦੇ ਨਾਂ 'ਤੇ ਜੋ ਵੀ ਇਹ ਰੌਲਾ ਹੋ ਰਿਹਾ, ਜੋ ਕਿ ਕੋਰਟ ਕੇਸ ਲੱਗਾ ਆ ਕਿ ਮਤਲਬ ਉਹ ਕਹਿ ਰਹੇ ਕਿ ਉਹ ਮਸਜਿਦ ਸਾਡੀ ਆ, ਉਹ ਕਹਿ ਰਹੇ ਵੀ ਇੱਥੇ ਨਹੀਂ ਸਾਡਾ ਮੰਦਰ ਸੀ ਇੱਥੇ, ਇਹ ਜੋ ਵੀ ਗੱਲ ਹੋ ਰਹੀ ਹੈ ਇਹ ਸਹੀ ਹੈ ਕਿ ਨਹੀਂ, ਸਾਡੀ ਆਪਣੀ ਰਾਏ ਕਮੈਂਟ ਬੋਕਸ 'ਚ ਜ਼ਰੂਰ ਦੇਣਾ ਜੀ, ਠੀਕ ਹੈ ਜੀ। ਬਾਕੀ ਮਿਲਦੇ ਹੀ ਨੈਕਸਟ ਵੀਡੀਓ ਵਿੱਚ, ਬਹੁਤ ਬਹੁਤ ਧੰਨਵਾਦ ਜੀ।